ਮੈਂ ਸਰਬਜੀਤ ਕੌਰ ਪੈਂਡ ਮਸੂਰਵਾਲ ਮੇਰਾ ਮੁੰਡਾ ਦੁੱਧ ਪਵਾਉਣ ਚੱਲਿਆ ਸੀਗਾ ਤੇ ਮੁੰਡੇ ਨੂੰ ਕੁੱਟ ਮਾਰ ਬਹੁਤ ਜ਼ਿੰਮੇਦਾਰ ਸੀ 4-5 ਜਿਹਨੇ ਉਹਨਾਂ ਨੇ ਮੁੰਡੇ ਦਾ ਨਾਂ ਤਾਂ ਮੋਟਰਸਾਈਕਲ ਖੋਣ ਪੈ ਗਏ ਨਾਲੇ ਪੈਸਾ ਥੇਲਾ ਖੋਇਆ ਨਾਲੇ ਉਹਨਾਂ ਨੇ ਜਦੋਂ ਅਸੀਂ ਮੰਗਰ ਭੱਜ ਗਿਆਂ ਤੇ ਮੁੰਡੇ ਨੂੰ ਛੱਡ ਕੇ ਤੇ ਮੁੜ ਕੇ ਸਾਡੇ ਅੱਲੀ ਹੋ ਗਏ ਸਾਡੇ ਲੀੜੇ ਲੱਤੇ ਪਾੜੇ ਉਹਨਾਂ ਨੇ ਸਾਡੀ ਬਹੁਤ ਹੀ ਮੰਦੀ ਹਾਲਤ ਕੀਤੀ ਮੇਰੀ ਕੁੜੀ ਨੂੰ ਘੰਟਾ ਖਿੱਚੀ ਤੋਈ ਫਿਰਦੇ ਰਹੇ ਸਾਨੂੰ ਲੋਕਾਂ ਨੇ ਚੜਾਇਆ ਹਨ ਕੇ ਸਾਡਾ ਬਹੁਤ ਬੁਰਾ ਹਾਲ ਉਹਨਾਂ ਨੇ ਕੀਤਾ ਇੱਕ ਮੇਰੇ ਚਾਚੇ ਸਹੁਰੇ ਦਾ ਮੁੰਡਾ ਸੀ ਉਹਨਾਂ ਨੇ ਮਾਰ ਕੇ ਤੇ ਉਦੋਂ ਸਾਨੂੰ ਧੋੰਗੀ ਦਿੱਤੀ ਵੀ ਤੁਸੀਂ ਉਦੋਂ ਸਾਡਾ ਕੀ ਪਟ ਲਿਆ ਤੇ ਹੁਣ ਸਾਡਾ ਕੀ ਪਟ ਲੋਗੇ ਐ ਪੁੱਠੇਆਂ ਗੱਲਾਂ ਬੋਲੀਆਂ ਚੂੜੇ ਸਾਡਾ ਕੀ ਕਰ ਦੇਣਗੇ ਕੋਸ਼ਿਸ਼ ਕਰ ਪ੍ਰਸ਼ਾਸਨ ਤੋਂ ਪੂਰੀ ਮਾਰ ਕਰਦੇ ਅਸੀਂ ਕਹਿੰਦੇ ਵੀ ਇਹਨਾਂ ਨੂੰ ਪੂਰੀ ਸਜ਼ਾ ਦਿਵਾਓ ਉਹਨਾਂ ਦਾ ਦੋਸ਼ ਹੈ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੱਲ ਦੇ 8 ਵਜੇ ਦੀ ਇਹ ਗੱਲ ਕੋਈ ਸਾਡੇ ਮਗਰ ਨਹੀਂ ਗਿਆ ਅਸੀਂ ਦਰਖਾਸਤ ਵੀ ਦੇ ਕੇ ਗਏ ਆ ਅਸੀਂ ਮਰਸੂਰਵਾਲ ਦੇ ਰਹਿਣ ਵਾਲੇ ਹਾਂ ਉਹ ਬਾਈਕ ਤੇ ਜਾ ਰਿਹਾ ਸੀਗਾ ਦੁੱਧ ਲੈਣ ਵਾਸਤੇ ਤੇ ਉਹਦੇ ਨਾਲ ਕਟਮਾਰ ਕੀਤੀ ਗਈ ਆ 5 ਬੰਦੇ ਸੀਗੇ ਜੀ ਜ਼ਿਮੀਦਾਰ ਤੇ ਬਾਅਦ ਵਿੱਚ ਸਾਡੇ ਘਰ ਵਿੱਚ ਕੋਈ ਨਹੀਂ ਸੀਗਾ ਅਸੀਂ ਮਗਰ ਭੱਜ ਕੇ ਗਏ ਉਹਨਾਂ ਨੂੰ ਛਡਾਉਣ ਵਾਸਤੇ ਤਾਂ ਉਹਨਾਂ ਨੇ ਸਾਡੇ ਨਾਲ ਵੀ ਜ਼ਬਰਦਸਤੀ ਕੀਤੀ ਸਾਡੇ ਕੱਪੜੇ ਪਾੜੇ ਗਏ ਆ ਸਾਡੇ ਵਾਲ ਪੱਟੇ ਗਏ ਆ ਤੇ ਇਸ ਕਰਕੇ ਸਾਨੂੰ ਇਨਸਾਫ ਚਾਹੀਦਾ ਵਾ ਗਲੀ ਦੇ ਆਸਗਵੰਢ ਨੇ ਸਾਨੂੰ ਛਡਾਇਆ ਤੇ ਸਾਡੇ ਨਾਲ ਬਹੁਤ ਤੱਕਾ ਹੋਇਆ ਵਾ ਇਸ ਕਰਕੇ ਸਾਨੂੰ ਇਨਸਾਫ ਚਾਹੀਦਾ ਤੇ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਇਹ ਵੀਰ ਜੀ ਇਹਨਾਂ ਨੂੰ ਵੱਜੇ ਸੀਗੇ ਪੈਸੇ ਨਜਾਇਜ਼ ਉਹ ਨੰਬਰ ਤੇ ਸਕਾ ਸਭੀ ਉਹਨਾਂ ਦੇ ਨਾਮ ਸੱਕਾ ਵਾਲੀ ਕੁੜੀ ਵੈਸੇ ਹਰ ਨਰਿੰਦਰ ਸਿੰਘ ਦੇ ਉਹਦੇ ਉਹਦੇ ਮੁੰਡੇ ਨੂੰ ਜੀ ਉਹਦੇ 20 ਲੱਖ ਰੁਪਏ ਲੈ ਕੇ ਕੁੜੀ ਬਾਹਰ ਘਲਤੀ ਉਹਨਾਂ ਨੇ ਉਹ ਮੁੰਡੇ ਦਾ ਜਵਾਬ ਅਸੀਂ ਤੋਂ ਬਾਹਰ ਨਹੀਂ ਸੱਜਣਾ ਉਹ 10 ਲੱਖ ਰੁਪਏ ਮੈਂ ਭਾਇਨਾ ਕਰਾ ਦਾ 10 ਲੱਖ ਰੁਪਏ ਤੇ 10 ਲੱਖ ਰੁਪਏ ਗਿਆ ਬਾਜਰ ਨੂੰ ਉਹਨਾਂ ਨੇ ਮੋਟਰਸਾਈਕਲ ਲੈ ਲਿਆ ਤੇ ਇਹਨਾਂ ਹਾਥੀ ਲੈ ਲਿਆ ਉਹਨਾਂ ਨੇ ਹੁਣ ਮੋਟਰਸਾਈਕਲ ਲੈ ਕੇ ਪਾਉਂਦੇ ਪਟਾਕੇ ਗਲੀ ਦੇ ਵਿੱਚ ਤੇ ਇਹਨਾਂ ਨੇ ਰੋਕਿਆ ਵੀ ਤੂੰ ਨਾ ਪਟਾਕੇ ਪਾਓ ਮੈਨੂੰ ਇਹਨਾਂ ਨੇ ਫੋਨ ਲਾ ਸਰਪੰਚ ਸਾਹਿਬ ਬਾਜ ਪਟਾਕੇ ਪਾਉਂਦੇ ਆ ਗਏ ਮੈਂ ਕੋਈ ਨਾ ਸਵੇਰੇ ਆਉਂਗਾ ਸਵੇਰੇ ਮੇ ਇਹ ਮੁੰਡੇ ਲੜ ਪਿਆ ਉਸ ਵਿੱਚ ਤੇ ਉਹ ਲੜ ਪਏ ਤੇ ਆ ਇਹਨਾਂ ਦਾ ਘਰ ਇਧਰਲੇ ਪਾਸੇ ਉੱਥੋਂ ਵੇਖ ਲੋ ਇੱਥੋਂ ਕਟੋ-ਕਟ ਪਾਉ ਸਪੋਰਟ ਕਰ ਉਹਨਾਂ ਦਾ ਪਾਉ ਸਪੋਰਟ ਕਰਕੇ ਚੱਲ ਕੇ ਬੰਦੇ ਦੇ ਪਾਸੇ ਬੁੜੀਆਂ ਮੂਰੇ ਕਰਤੀਆਂ ਉਹਨਾਂ ਨੇ ਕਿ ਤੂੰ ਬੰਦੇ ਨੂੰ ਫਾੜ ਲੋ ਬੰਦੇ ਦੀ ਦਾੜੀ ਨੂੰ ਪੈ ਗਈਆਂ ਮਲਕੀਸਿਆਂ ਨੇ ਉਹ ਤੇ ਫੇਰ ਹੱਥੋਂ ਪਾਈ ਹੋ ਗਏ ਤੇ ਮੁੜ ਕੇ ਜਾ ਕੇ ਸਾਨੂੰ ਬੁੜੀਆਂ ਜਾ ਮਜਾਕ ਲੀੜੇ ਪਾੜ ਕੇ ਤੇ ਸਾਨੂੰ ਕੁੱਟਿਆ ਨੂੰ ਮਾਰਿਆ ਇਹ ਇਥੋਂ ਦੀ ਇਹ ਬੁਲਟ ਮੋਟਰਸਾਈਕਲ ਲੈ ਕੇ ਹੱਥੀ ਤੇ ਡੈੱਕ ਲਾ ਕੇ ਪੂਰੀ ਆਵਾਜ਼ ਕਰਕੇ ਲੰਘਦੇ ਆ ਮੈਂ ਟੈਗ ਦਾ ਮਰੀਜ਼ ਹਾਂ ਸਾਰੇ ਗਲੀ ਵਾਲੇ ਪਰੇਸ਼ਾਨ ਆ ਜੀ ਅਸੀਂ 2-4 ਵਾਰੀ ਇਹਨਾਂ ਨੂੰ ਮੈਸੇਜ ਵੀ ਦਿੱਤਾ ਸੁਨੇਹਾ ਵੀ ਦਿੱਤਾ ਵੀ ਭਾਈ ਤੁਸੀਂ ਡੱਕ ਬੰਦ ਕਰਕੇ ਇਹਨਾਂ ਕੋਲ ਜਾ ਕੇ ਘੱਟ ਆਵਾਜ਼ ਤੇ ਕਰੋ ਇਹ ਬਾਝ ਨਹੀਂ ਆਉਂਦੇ ਤੇ ਸਾਰੇ ਇੱਥੇ ਤੂੰ ਤੂੰ ਮੈਨਾ ਹੋ ਗਈ ਤੇ